ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਜੋ ਤੁਹਾਨੂੰ ਪਤਾ ਹੈ ਕਿ ਵੋਟਾਂ ਦਾ ਚੱਲ ਰਿਹਾ ਮੌਸਮ ਤੇ ਹਰ ਪਾਰਟੀ ਦੇ ਲੀਡਰ ਵੋਟਾਂ ਮੰਗ ਰਹੇ ਆ ਨੁੱਕੜ ਮੀਟਿੰਗਾਂ ਕਰਕੇ ਰੈਲੀਆਂ ਕਰਕੇ ਘਰ ਘਰ ਜਾ ਕੇ ਇਸ ਸੰਬੰਧੀ ਇੱਕ ਗੀਤ ਲਿਖਿਆ ਤੁਸੀਂ ਸਰਤਾਜ ਦਾ ਗੀਤ ਸੁਣਿਆ ਹੋਵੇਗਾ ਜਿੱਤ ਦੇ ਨਿਸ਼ਾਨ ਉਹਦੀ ਤਰਜ਼ ਤੇ ਇੱਕ ਗੀਤ ਲਿਖਿਆ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਵੇਗਾ ਮੰਗਣ ਜਵਟਾਉਣ ਪਾਰਟੀ ਦੇ ਝੰਡੇ ਨਾਲ ਇਹੋ ਜਿਹੇ ਲੀਡਰਾਂ ਨੂੰ ਬੰਨ ਲਿਓ ਖੰਭੇ ਨਾਲ ਚਾਰ ਹੀ ਤਰੀਕਿਆਂ ਨਾਲ ਰਾਜ ਰਾਜ ਕਰੋ ਸੇਵਾ ਚਿੱਤਰਾ ਨ ਮੁੱਕੀਆਂ ਨ ਲੱਤਾਂ ਨਾਲ ਡੰਡੇ ਨਾਲ ਮੰਗਣ ਜਵਟਾਉਣ ਪਾਰਟੀ ਦੇ ਝੰਡੇ ਨਾਲ ਹਰ ਕੇਟ ਰੱਕ ਜਿਹੜੇ ਨੋਟਾਂ ਦਾ ਲਿਆਉਂਦੇ ਸੀ ਮੰਗਲਗਰਹਿ ਦੇ ਉੱਤੇ ਰੈਲੀਆਂ ਕਰਾਉਂਦੇ ਸੀ ਕਾਂਗਰਸ ਕਾਲੀ ਦੋਵੇਂ ਰਾਲ ਮੈਲ ਲੁੱਟੀਆਂ ਦੇ ਕੁਰਸੀ ਨੂੰ ਸੰਭ ਲੈnde ਦੋਨੋਂ ਵਾਰੀ ਵੰਡੇ ਨਾਲ ਚਾਰ ਹੀ ਤਰੀਕੇ ਆਣ ਰਾਜ ਰਾਜ ਕਰੋ ਸੇਵਾ ਚਿੱਤਰਾ ਨਾ ਮੁਕੀਆਂ ਨਾ ਲੱਤਾਂ ਨਾਲ ਡੰਡੇ ਨਾਲ ਮੰਗਣ ਜੋਟ ਆਉਣ ਪਾਰਟੀ ਦੇ ਝੰਡੇ ਨਾਲ ਸੌਂ ਖਾ ਕੇ ਪਾਣੀ ਦੀ ਜੋ ਸਾਫ ਸਾਫ ਮੁਕਰਗੇ ਗੋਡਿਆਂ ਦੇ ਥੱਲੇ ਲੈ ਲਓ ਜਿੱਥੇ ਵੀ ਉਹ ਟਕਰ ਗਏ ਨਸ਼ਾ ਵੀ ਨਾ ਬੰਦ ਹੋਏ ਨੌਕਰੀ ਨਾ ਮਿਲੀ ਸਾਨੂੰ ਕਿੱਥੇ ਐ ਸਮਾਰਟ ਫੋਨ ਸੋਚੋ ਮਾਨ ਠੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਰਾਜ ਰਾਜ ਕਰੋ ਸੇਵਾ ਚਿੱਤਰਾ ਨਾ ਮੁੱਕੀਆਂ ਨਾ ਲੱਤਾਂ ਨਾਲ ਡੰਡੇ ਨਾਲ ਮੰਗਣ ਜੋ ਵੋਟਾਂ ਆਉਣ ਪਾਰਟੀ ਦੇ ਝੰਡੇ ਨਾਲ ਗਲਾਂ ਵਿੱਚ ਪਾਉਣ ਦੇ ਲਈ ਚਿੱਤਰਾਂ ਦੇ ਹਾਰ ਰੱਖੂ ਗਿੱਟਿਆਂ ਨੂੰ ਕੁੱਟਣ ਲਈ ਡੰਡੇ ਵੀ ਤਿਆਰ ਰੱਖੂ ਕੁਰਸੀ ਦੇ ਭੁੱਖਿਆਂ ਨੂੰ ਪਿੰਡਾਂ 'ਚੋਂ ਦਵੱਲੂ ਧਾਰ ਕਰੀ ਦਾ ਲਹਾਜ ਨਹੀਂ ਹੋ ਇਹੋ ਜਿਹੇ ਬੰਦੇ ਨਾਲ ਚਾਰ ਹੀ ਤਰੀਕਿਆਂ ਨਾਲ ਰਾਜ-ਰਾਜ ਕਰੋ ਸੇਵਾ ਚਿੱਤਰਾਂ ਨਾਲ ਮੁਕਤੀਆਂ ਨਾਲ ਲੱਤਾਂ ਨਾਲ ਡੰਡੇ ਨਾਲ ਮੰਗਣ ਜੋ ਟਾਇਉਣ ਪਾਰਟੀ ਦੇ ਛੱਡੇ ਨਾਲ ਬਨ ਬਨ ਹੱਥ ਵੋਟਾਂ ਮੰਗਣ ਨੂੰ ਆਉਣਗੇ ਰੈਲੀਆਂ ਵੀ ਕਰ ਕਰ ਲਾਰੇ ਬੜੇ ਲਾਉਣਗੇ ਅਮਨਦੀਪ ਸਿੰਘ ਆਖੇ ਮੂੰਹ ਨਾਲ ਲਾਇਓ ਮਾੜਿਆਂ ਨੂੰ ਕਰੋ ਚੰਗਿਆਈ ਲੋਕ ਸਦਾ ਬੰਦੇ ਚੰਗੇ ਨਾਲ ਚਾਰ ਹੀ ਤਰੀਕਿਆਂ ਨਾਲ ਰਾਜ ਰਾਜ ਕਰੋ ਜ਼ਿਆ ਚਿੱਤਰਾ ਨਾ ਮੁਕਤੀਆਂ ਨਾ ਲੱਤਾਂ ਨਾਲ ਡੰਡੇ ਨਾਲ ਮੰਗਣ ਜੋ ਵੋਟਾਂ ਆਉਣ ਪਾਰਟੀ ਦੇ ਝੰਡੇ ਨਾਲ ਏਹੋ ਜਹੇ ਲੀਡਰਾਂ ਨੂੰ ਬੰਨ ਲਿਓ ਖੰਬੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ